ਕਪੂਰਥਲਾ ਦੇ ਵਿੱਚ ਜਿਹੜਾ ਬੇਅਦਬੀ ਦੀ ਗੱਲ ਹੋਈ ਹੈ ਉਹ ਸਾਨੂੰ ਬੇਅਦਬੀ ਦੀ ਕੋਈ ਉੱਥੇ ਗੱਲ ਨਹੀਂ ਮਿਲੀ ਤੇ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਹੈ ਕਿ ਬੇਅਦਬੀ ਹੋਈ ਹੈ। ਉਹ ਇੱਕ ਬੰਦਾ ਆਪਣੇ ਘਰ ਦੇ ਉੱਪਰ ਮਹਾਰਾਜ ਦੀ ਸਵਾਰੀ ਨੂੰ ਉਹਨਾਂ ਨੇ ਰੱਖਿਆ ਹੋਇਆ, ਥੱਲੇ ਉਹ ਆਪ ਰਹਿੰਦੇ ਆ ਤੇ ਇਹ ਗੱਲ ਕਤਲ ਵੱਲ ਨੂੰ ਗਈ ਹੈ। ਇਸ ਕਰਕੇ ਇਸ ਦੀ ਇਨਕੁਆਇਰੀ ਚੱਲ ਰਹੀ ਹੈ, ਜੋ ਸਾਹਮਣੇ ਆਏਗਾ ਅੱਜ ਉਮੀਦ ਹੈ ਉਸ ਤੇ ਨਿਤਾਰਾ ਹੋ ਜਾਏਗਾ। ਅਸੀਂ ਇਹ ਮਾਮਲਾ ਟਰੇਸ ਕਰ ਲਿਆ ਹੈ, ਇਸ ਮਸਲੇ ਨੂੰ ਅਸੀਂ ਹੱਲ ਕਰ ਲਿਆ ਹੈ ਤੇ ਅੱਜ ਹੱਲ ਦੇ ਮੁਤਾਬਕ FIR ਨੂੰ ਅਮੈਂਡ ਕਰ ਦਿੱਤਾ ਜਾਏਗਾ।